चार तू उठता क्यों नहीं, परे खजाने वो लुटता क्यों नहीं। वाहगुरु 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 वज के चार तू उठता क्यों नहीं, परे खजाने वो लुटता क्यों नहीं। दाता पीछे भजया फिरदा दादे नू तू पुछता क्यों नहीं। नचदा आप नचावे गुरु वाह गुरु वाह गुरु वाह गुरु आपे सुनदा आपे गावे आपे नचदा आप नचावे आपे किधरे लाउंदा हाथ में आपे बंद बंद कटवावे
वाहे गुरु चित आवे चित आवन का सदका सर्व सुख होए जहां जहां खालसा जी साहिब तहां तहां रचिया रिया देख देख फते बिरद की पैर पंच की जी श्री साहिब जी सहाय खालसे जी के बोल वाले बोलो
ਇਸ ਪਾਸ ਬੈਠਿਆ ਸੋਹੀ ਹੈ ਸਤਨਾਮ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਰਖ ਮਹਲਾ ਪੰਜਵਾ ਪੂਰੀ ਲੋਚ ਹਮਾਰੀ ਹਰ ਕਿਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਹਰ ਕਿਸ ਨਾਨ ਗ੍ਰਹਿ ਆਏ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅੰਨ ਸੁਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਪਾਕੀ ਪਾਏ ਕੋਟ ਜਨਮ ਤੇ ਕਿਲ ਵਿਖਨਾਸੇ ਹਰ ਚਰਣੀ ਚਿਤ ਲਾਏ ਉਸਤ ਕਰਹਾਉ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜਨ ਸਭ ਪਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਗਿਰਣਾਇਆ ਹੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਧਾਰਿਆ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਧਰਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਖ ਮਹੱਲਾ ਪੰਜਵਾਂ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਹਰ ਇਸ ਨਾਮ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਕਾਲੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਗਈ ਕਿ ਗੁਰੂ ਨਾਨਕ ਦੇਵ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਆਨੰਦ ਮਾਣ ਰਹੇ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜੇ ਚੱਲ ਕੇ ਆਈਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਘਰ ਵਿੱਚ ਹਾਜ਼ਰੀਆਂ ਲਈਆਂ ਹਨ ਵਾਹਿਗੁਰੂ ਆਪ ਸਭ ਦਾ ਚੱਲਿਆ ਹੋਇਆ ਇੱਕ ਇੱਕ ਮਲੇਖੇ ਲਾਵੇ ਅਤੇ ਸਭ ਨੂੰ ਗੁਰਸਿੱਖੀ ਦੀ ਦਾਤ ਬਖਸ਼ੇ ਨਗਰ ਕੀਰਤਨ ਦੀਆਂ ਸਭ ਸੰਗਤਾਂ ਨੂੰ ਲੱਗ ਲੱਗ ਵਧਾਈ ਹੋਵੇਗੀ ਫੁੱਲਾਂ ਦੀ ਵਰਖਾ ਲਾਈ ਸਤਿਗੁਰ ਨੇ ਫੁੱਲਾਂ ਦੀ ਵਰਖਾ ਲਾਈ ਧੰਨਵਾਦ ਗੁਰੂ ਘਰ ਦੀਆਂ ਸਮੂਹ ਸੰਗਤਾਂ ਦਾ ਅਤੇ ਬਾਹਰੋਂ ਆਏ ਪ੍ਰੇਮੀਆਂ ਦਾ ਜਿਨ੍ਹਾਂ ਨੇ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀਆਂ ਲਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਵਾਹਿਗੁਰੂ ਆਪ ਸਭ ਦਾ ਚੱਲਿਆ ਹੋਇਆ ਇੱਕ ਇੱਕ ਮਲੇਖੇ ਲਾਵੇ ਅਤੇ ਸਾਨੂੰ ਚੜ੍ਹਦੀਆਂ ਕਲਮ 'ਚ ਰੱਖੇ ਖੁਸ਼ੀ ਭਰਿਆ ਜੀਵਨ ਕੀਰਤਨ ਦਾ ਬਖਸ਼ੇ ਇਹੋ ਜਿਹਾ ਵਡਭਾਗੀ ਸਮਾਂ ਕਦੇ ਕਦੇ ਮਿਲਦਾ ਹੈ ਪਰਮਾਤਮਾ ਦਾ ਦੀ ਅਪਾਰ ਕਿਰਪਾ ਦੇ ਨਾਲ ਅੱਜ ਦਾ ਸ਼ੁਭ ਦਿਹਾੜਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਹੀ ਪ੍ਰੇਮ ਪਿਆਰ ਦੀ ਭਾਵਨਾ ਵਿੱਚ ਬੜੇ ਹੀ ਸੁੰਦਰ ਢੰਗ ਨਾਲ ਮਨਾਇਆ ਜਾ ਰਿਹਾ ਹੈ ਬੜੇ ਹੀ ਕਿਰਾਂ ਤੋਂ ਇਹ ਉਡੀਕਾਂ ਵਾਲਾ ਸੁਭਾਗਾਂ ਵਾਲਾ ਸਮਾਂ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜੀ ਸੰਗਤਾਂ ਬਹੁਤ ਹੀ ਤਨ ਮਨ ਧਨ ਲਾ ਕੇ ਸੇਵਾ ਕਰ ਰਹੀਆਂ ਹਨ ਅੱਜ ਦੇ ਗੁਰਬਾਣੀ ਦਾ ਸ਼ਬਦ ਕੀਰਤਨ ਕਵੀ ਸ਼੍ਰੀ ਕਥੇ ਵੱਲੋਂ ਅਤੇ ਕਈ ਹੋਰ ਗੁਰਮਤਿ ਪਿਆਰਿਆਂ ਵੱਲੋਂ ਗੁਰੂ ਦੀ ਮਹਿਮਾ ਦੇ ਮਿੱਠੀਆਂ ਅਤੇ ਪਿਆਰੀਆਂ ਆਵਾਜ਼ਾਂ ਵਿੱਚ ਜਸ ਗਾਇਨ ਕੀਤੇ ਗਏ ਹਨ
ਯਾਤਰਾ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨਾਂ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਲਗਾਈਆਂ ਹਨ। ਗੱਤਕਾ ਦੇਖ ਕੇ ਵੀ ਬਹੁਤ ਆਨੰਦ ਆ ਰਿਹਾ ਸੀ। ਜੀ ਤਾਂ ਕਰਦਾ ਸੀ ਕਿ ਨਗਰ ਕੀਰਤਨ ਵਿੱਚ ਥੋੜ੍ਹਾ ਜਿਹਾ ਸਮਾਂ ਹੋਰ ਲਾਇਆ ਜਾਂਦਾ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਆਪਾਂ ਆਪਣੇ ਘਰਾਂ ਨੂੰ ਵੀ ਵਾਪਸ ਜਾਣਾ ਹੈ ਜੀ। ਸੋ ਪਰਮਾਤਮਾ ਇਸੇ ਤਰ੍ਹਾਂ ਦੀਦਾਰ ਕਰਾਉਂਦੇ ਰਹਿਣ, ਪਰਮਾਤਮਾ ਸਾਰੀ ਸੰਗਤ ਦਾ ਭਲਾ ਕਰੇ ਜੀ, ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ, ਸਾਰੀ ਸੰਗਤ ਦੀ ਹਾਜ਼ਰੀ ਕਬੂਲ ਕਰੇ ਜੀ ਅਤੇ ਹਮੇਸ਼ਾ ਚੜ੍ਹਦੀ ਅੱਖਾਂ ਵਿੱਚ ਰੱਖੇ। ਹੁਣ ਗੁਰੂ ਘਰ ਜੀ ਦੀ ਸ਼ੀਸ਼ ਸਿਰੋਂ ਪਾਓ ਸਾਡੇ ਆਏ ਹੋਏ ਮਹਿਮਾਨ ਗੁਰੂ ਦੀ ਤਾਬਿਆ ਵਿੱਚ ਆ ਕੇ ਮਾਣ ਤੇ ਸਤਿਕਾਰ ਨਾਲ ਸਿਰੋਂ ਪਾਓ ਲੈਣ ਦੀ ਕਿਰਪਾਲਤਾ ਕਰੋ ਜੀ। ਸਭ ਤੋਂ ਪਹਿਲਾਂ ਲਗੂਨਾ ਗੁਰਦੁਆਰਾ ਸਾਹਿਬ ਨੂੰ ਆਏ ਹੋਏ ਮਹਿਮਾਨ ਸਿਰੋਪਾ ਲੈਣ ਦੀ ਕਿਰਪਾਲਤਾ ਕਰੋ ਜੀ। ਲਗੂਨਾ ਗੁਰਦੁਆਰਾ ਸਾਹਿਬ ਤੋਂ ਆਏ ਹੋਏ ਮਹਿਮਾਨ ਕੋਈ ਵੀ ਹੋਵੇ ਜੀ, ਸਿਰੋਪਾ ਲੈਣ ਦੀ ਕਿਰਪਾਲਤਾ ਕਰੋ ਜੀ। ਸਾਹਮਣੇ ਦੇਖੋ ਓਕੇ ਬੋਲੇ ਸੋਨੇਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੰਮਾਂ ਕਾਜਾਂ ਨੂੰ ਤਿਆਗ ਕਰਕੇ ਸੱਚਾ ਕੰਮ ਕਰਨ ਦੇ ਲਈ, ਗੁਰੂ ਦੀ ਬਾਣੀ ਪੜ੍ਹਨ ਦੇ ਲਈ, ਗੁਰੂ ਦੀ ਬਾਣੀ ਸੁਣਨ ਦੇ ਲਈ, ਗੁਰੂ ਦਾ ਅਵਤਾਰ ਪੁਰਬ ਮਨਾਉਣ ਦੇ ਲਈ ਆਪ ਜੀ ਨੇ ਸਮਾਂ ਕੱਢਿਆ ਹੈ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਭ ਸੰਗਤਾਂ ਦੇ ਉੱਤੇ ਕਿਰਪਾ ਕਰਨ। ਆਪ ਜੀ ਦਾ ਚੱਲਿਆ ਹੋਇਆ ਇੱਕ ਇੱਕ ਕਰਨ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਲੇਖੇ ਦੇ ਵਿੱਚ ਲਾਉਣ, ਫਲਸਰੂਪ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਹ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੈ। ਜੋ ਬੇਨਤੀਆਂ ਨੇ ਇੱਕ ਵਾਰੀ ਫੇਰ ਸਭਨਾਂ ਮਾਈਆਂ ਭੈਣਾਂ ਦਾ, ਵੀਰਾਂ ਦਾ, ਗੱਤਕੇ ਵਾਲਿਆਂ ਦਾ, ਕਮਿਸ਼ਨਰਾਂ ਦਾ, ਰਾਗੀਆਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਵਿੱਚ ਹਾਜ਼ਰੀ ਭਰੀ, ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ, ਉਹਨਾਂ ਸੇਵਾਦਾਰ ਵੀਰਾਂ ਦਾ ਜਿਨ੍ਹਾਂ ਨੇ ਸਾਡੀਆਂ ਬੇਨਤੀਆਂ ਨੂੰ ਵਾਰ ਵਾਰ ਪ੍ਰਵਾਨ ਕੀਤਾ ਔਰ ਬੇਨਤੀਆਂ ਦੇ ਉੱਤੇ ਫੁੱਲ ਚੜ੍ਹਾ ਕੇ ਬੜੇ ਹੀ ਅਦਬ ਦੇ ਨਾਲ ਅੱਜ ਜਿਵੇਂ ਕਿ ਦੇਖ ਰਹੇ ਸੀ ਕਿ ਪਲਾਸਟਿਕਾਂ ਲੈ ਕੇ ਮਗਰ ਮਗਰ ਪੈ ਰਹੇ ਸਨ ਕਿ ਸਫਾਈ ਦਾ ਬਹੁਤ ਧਿਆਨ ਰੱਖਿਆ। ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ 543 ਇੱਕ ਸਾਲ ਘੱਟ ਤੁਸੀਂ ਪ੍ਰਕਾਸ਼ ਦਿਵਸ ਮਨਾ ਰਹੇ ਹੋ, ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਗੁਰੂ ਨਾਨਕ ਪਾਤਸ਼ਾਹ ਤੁਹਾਡੇ ਸਿਰ ਤੇ ਬਿਰਖ
ਸਹਾਰਾ